ਮੈਂ ਚੌਧਰੀ ਸ਼ਾਮ ਲਾਲ ਸਰਪੰਚ ਪਿੰਡ ਮਾਜਰੀਆਂ ਤੋਂ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਪੀਲਾ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੇਰੀ ਧਰਮ ਪਤਨੀ ਸੁਮਤੀ ਚੌਧਰੀ ਚੋਣ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਮੈਂ ਬੇਨਤੀ ਕਰਦਾ ਹਾਂ ਆਪਣੇ ਇਲਾਕਾ ਨਿਵਾਸੀਆਂ ਨੂੰ, ਆਪਣੇ ਜ਼ੋਨ ਦੇ ਵਿੱਚ ਪੈਂਦੇ ਪਿੰਡ ਜਿਹੜੇ ਸਾਡੇ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਕ ਵਾਰੀ ਸੇਵਾ ਕਰਨ ਦਾ ਮੌਕਾ ਦਿਓ। ਬਹੁਤ ਬਹੁਤ ਧੰਨਵਾਦ। ਓਕੇ ਜੀ, ਚੌਧਰੀ ਸ਼ਾਮ ਲਾਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਾਸਤੇ ਪ੍ਰੋਫੈਸਰ ਪ੍ਰੇਮ ਸਿੰਘ ਚੱਲੂਮਾਜਰਾ ਦੇ ਭਾਂਜਾ ਸਾਹਿਬ ਰਣਵੀਰ ਸਿੰਘ ਜੀ ਪੂਨੀਆ ਪਹੁੰਚੇ ਨੇ। ਅੱਜ ਪੂਨੀਆ ਸਾਹਿਬ, ਸਰਕਾਰ ਨੇ ਬੜੇ ਬੜੇ ਵਾਅਦੇ ਕੀਤੇ ਸੀ, ਕੈਪਟਨ ਸਰਕਾਰ ਨੇ, ਕਿਹੜੇ ਕਿਹੜੇ ਵਾਅਦੇ ਪੂਰੇ ਕੀਤੇ ਨੇ? ਦੇਖੋ, ਸਰਕਾਰ ਨੇ ਵਾਅਦਾ ਕੋਈ ਕੀਤਾ ਹੀ ਨਹੀਂ ਪੂਰਾ। 2 ਸਾਲ ਹੋ ਗਏ, 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ। ਇੱਕ ਵੀ ਕੰਮ ਨਹੀਂ ਵਿਕਾਸ ਦਾ ਕਰਾਇਆ, ਕਿਸੇ ਪਿੰਡ ਦੇ ਵਿੱਚ ਇੱਕ ਵੀ ਇੱਟ ਨਹੀਂ ਲਵਾਈ, ਕੋਈ ਸੜਕ ਨਹੀਂ ਬਣਾਈ, ਕਿਸੇ ਨੂੰ ਗ੍ਰਾਂਟ ਨਹੀਂ ਦਿੱਤੀ। ਗ੍ਰਾਂਟ ਦਾ 10,000 ਦੀ ਗ੍ਰਾਂਟ ਕਿਸੇ ਪਿੰਡ ਨੂੰ ਦਿੱਤੀ ਨਹੀਂ, ਜੋ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ। ਬੁਢਾਪਾ ਪੈਨਸ਼ਨ ਕਹਿੰਦੇ ਜੀ 25 ਰੁਪਏ ਬੁਢਾਪਾ ਪੈਨਸ਼ਨ ਦੇਵਾਂਗੇ ਅਸੀਂ, ਅਤੇ 51,000 ਰੁਪਇਆ ਸਗਨ ਸਕੀਮ ਦੇਵਾਂਗੇ, ਬੈਂਕਾਂ ਦੇ ਕਰਜ਼ੇ ਸਾਰੇ ਮਾਫ਼ ਕਰਾਂਗੇ, ਚਾਹੇ ਬੈਂਕ ਕੋਪਰੇਟ ਬੈਂਕਾਂ ਹੋਣ, ਚਾਹੇ ਸੁਸਾਇਟੀਆਂ ਹੋਣ ਕੋਪਰੇਟਿਵ, ਚਾਹੇ ਉਹ ਕੋਪਰੇਟ ਬੈਂਕਾਂ ਹੋਣ, ਚਾਹੇ ਨੈਸ਼ਨਲਾਈਜ਼ ਬੈਂਕਾਂ ਹੋਣ। ਇਸ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਕੋਈ ਕਿਸੇ ਨੂੰ ਕਰਜ਼ਾ ਮਾਫ਼ ਨਹੀਂ ਹੋਇਆ ਕਿਸੇ ਦਾ। ਅਤੇ ਦੂਜੇ ਪਾਸੇ ਇਹਨਾਂ ਨੇ ਕਿਸੇ ਘਰ ਘਰ ਜਵਾਬ ਦੇਵਾਂਗੇ, ਪਿੰਡ ਪਿੰਡ ਜਾ ਕੇ ਇਹਨਾਂ ਨੇ ਫਾਰਮ ਭਰਵਾਏ ਸੀ, ਹਰੇਕ ਘਰ ਦੇ ਵਿੱਚ ਫਾਰਮ ਭਰਵਾਏ ਸੀ ਇਹਨਾਂ ਨੇ, ਕੋਈ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ। ਸਗੋਂ ਇਹਨਾਂ ਨੇ ਕੀ ਕੀਤਾ, ਜੋ ਸੁਵਿਧਾ ਕੇਂਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਖੋਲ੍ਹੇ ਸੀ ਪਿੰਡਾਂ ਦੇ ਵਿੱਚ, ਉਹ ਜਿਹੜੇ ਸੁਵਿਧਾ ਕੇਂਦਰ ਸੀ ਉਹਨਾਂ 'ਚ ਲੱਖਾਂ ਨੌਜਵਾਨ ਨੌਕਰੀਆਂ ਕਰਦੇ ਸੀ, ਉਹ ਵੀ ਬੰਦ ਕਰਾਤੇ। ਲੱਖਾਂ ਨੌਜਵਾਨਾਂ ਨੇ ਬੇਘਰ ਕਰਤੇ, ਘਰ ਘਰ ਨੌਕਰੀਆਂ ਕੀ ਦੇਣੀ ਸੀ ਇਹਨਾਂ ਨੇ? ਅਤੇ ਕਹਿੰਦੇ ਜੀ ਬੱਚਿਆਂ ਨੂੰ ਸਮਾਰਟਫੋਨ ਦੇਵਾਂਗੇ, ਨੌਜਵਾਨਾਂ ਨੂੰ ਕਿ ਸਮਾਰਟਫੋਨ ਨਹੀਂ ਦਿੱਤੇ ਇਹਨਾਂ ਨੇ ਕਰਕੇ। ਇਹ ਜਿਹੜੀ ਸਰਕਾਰ ਆ, ਇਹਨਾਂ ਨੇ ਵਿਕਾਸ ਦਾ ਕੰਮ ਕੋਈ ਕੀਤਾ ਹੈ ਹੀ ਨਹੀਂ। ਤੋ ਜੋ ਖਰੜ ਹਲਕਾ ਵਿਧਾਨ ਸਭਾ, ਇਹਦੇ ਵਿੱਚ ਚੰਦੂਮਾਜਰਾ ਸਾਹਿਬ ਮੈਂਬਰ ਪਾਰਲੀਮੈਂਟ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ, ਜੇ ਹਰੇਕ ਹਲਕੇ ਨੂੰ 50 ਲੱਖ ਰੁਪਏ ਦੇ ਕਰੀਬ ਫੰਡ ਬਣਦਾ, ਕਿਉਂਕਿ ਮੈਂਬਰ ਪਾਰਲੀਮੈਂਟ ਦੇ ਕੋਲ 5 ਕਰੋੜ ਰੁਪਏ ਸਾਲ ਦਾ ਆਉਂਦਾ। ਪਰ ਫਿਰ ਵੀ ਇਸ ਹਲਕੇ ਦੇ ਲਈ ਜੋ ਇੱਥੇ ਦੇ ਮੁੱਖ ਸੇਵਾਦਾਰ ਨੇ ਸਰਦਾਰ ਰਣਜੀਤ ਸਿੰਘ ਗਿੱਲ, ਜਿਨ੍ਹਾਂ ਦੀ ਚੰਦੂਮਾਜਰਾ ਸਾਹਿਬ ਬਹੁਤ ਜ਼ਿਆਦਾ ਦੋਸਤੀ ਹੈ, ਉਹ ਆਪਣੀ ਦੋਸਤੀ ਦੇ ਨਾਲ ਇਸ ਹਲਕੇ ਲਈ 2 ਕਰੋੜ ਰੁਪਏ ਲਿਖੇ ਆਏ ਸਾਲ ਦੇ ਵਿੱਚ, 1.5 ਸਾਲ ਦੇ ਵਿੱਚ, ਜਿਨ੍ਹਾਂ ਨੇ ਘਰ ਪਿੰਡ ਪਿੰਡ ਦੇ ਵਿੱਚ ਕਿਤੇ ਟੈਂਕਰ ਦਿੱਤੇ ਇਹਨਾਂ ਨੇ, ਕਿਤੇ ਇਹਨਾਂ ਨੇ ਸ਼ਮਸ਼ਾਨ ਘਾਟ ਵਾਸਤੇ ਸ਼ੈੱਡ ਦਿੱਤੇ ਹੈ, ਕਿਤੇ ਇਹਨਾਂ ਨੇ ਆਪਣਾ ਬੱਸ ਸਟੈਂਡ ਦਿੱਤੇ ਆ, ਕਿਤੇ ਧਰਮਸ਼ਾਲਾ ਲਈ ਗ੍ਰਾਂਟ ਦਿੱਤੀ। ਇਸ ਕਰਕੇ ਭਰਾਵੋ, ਹਰੇਕ ਪਿੰਡ ਦੇ ਵਿੱਚ ਕਿਸਾਨ ਨੂੰ ਦਿੱਤੇ ਆ ਮੈਂਬਰ ਪਾਰਲੀਮੈਂਟ ਨੇ। ਫੰਡ ਸੀਮਿਤ ਹੁੰਦੇ ਇਹਦੇ ਕੋਲ, ਪਰ ਫਿਰ ਵੀ ਜਿੰਨੇ ਜੋ ਵੀ ਹੈਗੇ ਆ ਉਹਨੇ ਉਹਨੇ ਮੈਂਬਰ ਪਾਰਲੀਮੈਂਟ ਦੇ ਫੰਡ ਵਿੱਚੋਂ ਸਰਦਾਰ ਗਿੱਲ ਨੇ ਇਹਨਾਂ ਪਿੰਡਾਂ ਵਾਸਤੇ ਵਿਕਾਸ ਕਰਵਾਇਆ। ਬਹੁਤ ਬਹੁਤ ਧੰਨਵਾਦ ਜੀ ਪੂਨੀਆ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਚੌਧਰੀ ਸ਼ਾਮ ਲਾਲ ਜੀ।